साहब हाँ, नाम क्या आपका? नकाद फार्म पर कर रहे हैं। मजदूरी करानी तेरे को, घर बनवाना। तो मैं भी मजदूरी करना है, मैं आ हमला करन रखे है सारे। मैनू की पता तू हमला करना या रोटी खा के दंदा जो बोटियां कटना? इतना दंदा जो बोटियां कटदा मैं, इतना हमला कौन करता फिर? तू कर हाँ गल, तेन मैं हूने हमला करके दिखावा। जे तेरा सारा हमला पाड़ के इतने ना रख देता, मेरा नाम बदला दे। तू मजदूरी तेरे हमले चो खून आएगा इंजे, तू मैंने जानता नहीं। और तू इतने मजदूरी करना या लड़न आसे आया? नहीं मजदूरी करना आया, तो मैं इतने तेरे को गल्ला भी नहीं सुनना आया। वो भाई साहब की हुंदा? तो वो भाई साहब इदां दा कदी उहने नहीं कहा जिहड़ियां तीन दिहाड़ियां तेने थले रखी हुंदियां। ना की तेरा कोई ना है ही तेरा कि तेनू करके बुलाते ने? बहुत रीस फड़िया, दुध फड़िया। की करन दिया थले रख इहनां नू, बदतमीजी करन दिया तू? ते इहदे थले कोई बजुर्ग दबिया तुहाडा, तुहानू की है? मजदूरी कित की? ਇਸ ਤੋਂ ਪਹਿਲੇ ਹਾਂ ਕੋਈ ਸੀਵੀ ਆਈ? ਹਾਂਜੀ, ਇਸ ਤੋਂ ਪਹਿਲੇ ਮੈਂ ਜਨਰਲ ਸੈਕਟਰੀ ਆ ਕੋਮ ਮੈਂ ਧੱਦਾ ਦਾ। ਪਹਿਲੇ ਮੇਰਾ ਨਾਮ ਬਾਨਕੀ ਮੂਨ ਸੀ। ਉਹ ਯਾਰ ਤੂੰ ਮਜ਼ਦੂਰੀ ਕਰਾਉਣੀ, ਤੂੰ ਸਾਈਕਲ ਕਿਰਾਏ ਤੇ ਦੇਣ ਲੱਗਾ ਵੀ ਨਾ ਲਗਾ। ਕਿਹੜੀ ਕਿਹੜੀ ਬਿਲਡਿੰਗ ਤੇ ਕੰਮ ਕੀਤਾ ਮੈਨੂੰ ਪਤਾ ਨਹੀਂ। ਕਿਹੜੀ ਬਿਲਡਿੰਗ, ਕਿਹੜੀ ਕਿਹੜੀ ਬਿਲਡਿੰਗ ਬਣਾਈ ਹੈ ਪਤਾ ਲੱਗੇਗਾ? ਤੂੰ ਕਿੱਥੇ ਕਿੱਥੇ ਕੰਮ ਕੀਤਾ ਤੇ ਮੈਂ ਤੈਨੂੰ ਕੰਮ ਦਿਆਂਗਾ। 70,000 ਬਿਲਡਿੰਗਾਂ ਬਣਾਈਆਂ ਪਰ ਮੈਂ ਨਾ ਰੱਖੇ ਬਿਲਡਿੰਗਾਂ ਦੇ ਵੀ ਆ ਨਸਰੀਨ ਬਿਲਡਿੰਗ ਆ ਫਲਾਨੀ ਬਿਲਡਿੰਗ ਆ, ਮੈਨੂੰ ਕੀ ਪਤਾ? ਓਏ ਮੈਨੂੰ ਇਸ ਗੱਲ ਦਾ ਤੇ ਪਤਾ, ਮੈਨੂੰ ਕੋਈ ਚੋਰ ਡਾਕੂ ਤਾਂ ਨਹੀਂ ਹੈ। ਉਹ ਕੌਣ? ਖੁਦਾ ਦਾ ਨਾ ਚੋਰ ਡਾਕੂ ਕੋਲ ਅੱਲਾ ਦੇ ਦਿੱਤਾ ਸਾਰਾ ਕੁਝ ਹੁੰਦਾ। ਤੇ ਜਿਹੜਾ ਆਉਂਦੇ ਆ ਹਮਲੇ ਤੇ ਗੱਲਾਂ ਕਰਨ ਆ ਉਹ ਕੀ ਕੀਤਾ ਤੂੰ? ਰੁਮਾਲ ਤਿੰਨ ਤਿੰਨ ਕੋ ਰੱਖੇ ਨੇ ਤੂੰ? ਇਹ ਸਿਰ ਤੇ ਬੰਨਦਾ? ਅੱਛਾ, ਇਹ ਭਾਈ ਮੋਢੇ ਤੇ ਰੱਖਣ ਵਾਲਾ? ਅੱਛਾ, ਇਹ ਨਾਨ ਲੈਣ ਵਾਲਾ? ਇਹਦੇ ਹੀ ਨਾਨ ਲੈਣਾ ਮੈਂ। ਫੈਸਲਾਬਾਦ ਇੱਕ ਮੇਰਾ ਦੋਸਤ ਆ, ਉਹ ਨਾਨ ਬਹੁਤ ਅੱਛੇ ਲਾਉਂਦਾ। ਮੈਂ ਤੇਰੀ ਕਈ ਮਾਰ ਕੇ ਨਾਨ ਕੱਢ ਦੇਣੀ ਹੈ। ਬਹੁਤ ਅੱਛੇ, ਇਹਦੇ ਨਾਲ ਅੱਗ ਸਹੀ ਕਰੀ ਦੀ ਅੰਦਰੋਂ ਐਂ ਕਰਕੇ। ਟੀਵੀ ਆਈ? ਮਕਾਨ ਬਣਵਾਉਣਾ, ਮੈਨੂੰ ਬੈਂਕ 'ਚ ਲਾਉਣ ਲੱਗਾ। ਯਾਰ ਜੋ ਮੈਂ ਬਕਵਾਸ ਕਰ ਰਿਹਾ ਤੈਨੂੰ ਉਹ ਨਹੀਂ ਸੁਣਦੀ ਪਈ? ਬਕਵਾਸ ਕਰੀ ਤੂੰ? ਬਕਵਾਸ ਰਿਹਾ ਸਾਰੀ ਦਿਹਾੜੀ ਦੀ ਜ਼ਾਇਆ ਕਰ ਲੈਣੀ, ਤੈਨੂੰ ਪਤਾ ਕਿ ਤੈਨੂੰ ਅੱਜ ਕੰਮ ਲੱਭਣਾ ਤੇ ਤੂੰ ਦਿਹਾੜੀ ਗੱਲਾਂ 'ਚ ਜ਼ਾਇਆ ਕਰੀ ਜਾ ਰਿਹਾ। ਬੋਲੋ ਪੁੱਛੋ, ਪਹਿਲੇ ਕਿੱਥੇ ਕਿੱਥੇ ਕੰਮ ਕੀਤਾ? ਪਹਿਲੇ ਭਾਈ ਕਿੰਨੇ ਘਰਾਂ 'ਚ ਕੋਠੀਆਂ ਬੰਗਲੇ ਬੜਾ ਕੁਛ ਬਣਾਇਆ। ਐਕਸਪੀਰੀਅੰਸ ਹੈ ਨਾ? ਹਾਂਜੀ ਹਾਂਜੀ। ਬਸ ਗੱਲ ਖਤਮ ਹੋ ਗਈ, ਹੁਣ ਮੈਂ ਤੈਨੂੰ ਅੱਗੇ ਜਿਹੜਾ ਕੰਮ ਦੇਣਾ ਇਹਦੇ 'ਤੇ ਤੇਰੀ ਲਾਈਫ ਬਣ ਜਾਣੀ, ਤੈਨੂੰ ਅੰਨੇ ਵਾਹ ਪੈਸਾ ਲੱਭ ਜਾਣਾ। ਇੱਕ ਦਿਹਾੜੀ ਦਾ ਕੰਮ ਹੈ ਤੇਰਾ, ਟਾਰਗੇਟ ਹੈਗਾ, ਹੈ ਥੋੜ੍ਹਾ ਔਖਾ ਲੇਕਿਨ ਮੈਨੂੰ ਪਤਾ ਤੂੰ ਕਰ ਜਾਣਾ। ਔਰ ਸ਼ਰਤ ਸਿਰਫ ਇੰਨੀ ਹੈ ਕਿ ਦਿਹਾੜੀ ਤੈਨੂੰ ਉਦੋਂ ਮਿਲਣੀ ਹੈ ਜਦੋਂ ਤੂੰ ਆਪਣਾ ਟਾਰਗੇਟ ਪੂਰਾ ਕਰ ਲਏਗਾ, ਔਰ ਟਾਰਗੇਟ ਪੂਰਾ ਕਰਨ ਤੋਂ ਬਾਅਦ ਦਿਹਾੜੀ ਤੈਨੂੰ 4 ਗੁਣਾ ਮਿਲੇਗੀ, ਜਿਵੇਂ ਲਗਾਨ ਫਿਲਮ 'ਚ 4 ਗੁਣਾ ਲਗਾਨ ਨਹੀਂ ਸੀ ਹੈ। ਨਹੀਂ ਤੇ ਇਹ ਟਾਰਗੇਟ ਪਹਿਲੇ ਪੂਰਾ ਕਰਨਾ, ਤੂੰ ਕਾਰ ਫਾਈਨੈਂਸਿੰਗ 'ਚ ਰੱਖਣ ਲੱਗਾ ਮੈਨੂੰ। ਤੂੰ ਬਹਿਸ ਕਿੰਨੀ ਕਰਨਾ, ਤੂੰ ਮਜ਼ਦੂਰ ਹੈ ਕਿ ਤਲਾਲ ਚੌਧਰੀ ਹੈ? ਟਾਰਗੇਟ ਸੌਖਾ ਹੀ ਹੈ, ਤੂੰ ਇੱਕ ਦਿਹਾੜੀ ਕੰਮ ਕਰਨਾ ਹੈ। ਉਸ ਦਿਹਾੜੀ ਦੇ ਵਿੱਚ ਜਿਹੜਾ ਤੇਰਾ ਟਾਰਗੇਟ ਹੈ ਨਾ, ਤੈਨੂੰ ਮੈਂ ਦੱਸ ਦਿੰਦਾ। ਦੱਸੋ। ਇੱਕ ਘਰ ਬਣਾਉਣਾ। ਬਣ ਜਾਏਗਾ ਭਾਅ ਜੀ, ਘਰ ਬਣ ਜਾਏਗਾ। ਘਰ ਬਣ ਜਾਏਗਾ ਨਾ? ਬਣ ਜਾਏਗਾ। ਅੱਛਾ ਹੁਣ ਕੰਮ ਤੂੰ ਇਹ ਕਰਨਾ ਕਿ ਥੋੜ੍ਹੇ ਜਿਹੇ ਕੰਮ ਤੇਰੇ ਨਾ ਜਿਹੜੇ ਆਪ ਕਰਨ ਵਾਲੇ ਨੇ। ਦੱਸੋ। ਪਲਾਟ ਅਸੀਂ ਲੈ ਲਿਆ ਹੋਇਆ, ਤੂੰ ਸਵੇਰੇ ਉੱਠਣਾ 5:15। ਇਹ ਪਲਾਟ ਚੋਣਾ ਪਹਿਲੇ ਮੈਂ 5:15 ਤੇਰੇ ਦਿਨ 'ਚੋਂ ਮੱਝ ਨਹੀਂ ਜਾ ਰਹੀ ਨਾ? ਨਹੀਂ ਤੇ 5:15 ਯਾਰ ਇਸ ਪਲਾਟ 'ਤੇ ਮੈਂ ਕੀ ਕਰਨਾ, ਮਜ਼ਦੂਰ ਤਾਂ ਆਉਂਦਾ ਸਵੇਰੇ 8:00 ਹੈ। ਮੈਂ ਕਹਿ ਰਿਹਾ ਕਿ 4 ਗੁਣਾ ਤੈਨੂੰ ਮਿਲਣੀ ਹੈ ਫੀਸ, ਅਤੇ ਉਹਦੇ ਵਾਸਤੇ ਤੈਨੂੰ ਕੰਮ ਥੋੜ੍ਹੇ ਐਕਸਟਰਾ ਕਰਨੇ ਪੈਣੇ ਨੇ। ਕੰਮ ਇਹ ਵੇ ਕਿ ਸਵੇਰੇ 5:00 ਉੱਠਣਾ, ਤੂੰ ਸਿੱਧਾ ਅਦਾਲਤ ਜਾਣਾ, ਪਲਾਟ ਹੈਗਾ ਥੋੜ੍ਹਾ ਰੱਫੜ ਵਾਲਾ। 5:00 ਸਵੇਰੇ ਜਾਣਾ ਦਾ? ਉਹ ਯਾਰ 5:00 ਸਵੇਰੇ ਕਿਹੜੀ ਅਦਾਲਤ ਖੁੱਲਦੀ? ਤੂੰ ਸਮਝ ਲੈ ਕਿ ਇਮਰਾਨ ਖਾਨ ਦਾ ਕੇਸ ਲੱਗਾ ਅਤੇ ਤੂੰ ਉਹਦਾ ਮੇਨ ਵਕੀਲ ਹੈ। ਤੂੰ ਜਾ ਕੇ ਉੱਥੇ ਨਾਸ਼ਤਾ ਲੈ ਕੇ, ਤੂੰ ਨਾ ਇੰਨਾ ਕੁ ਦਹੀਂ ਲੈ ਕੇ ਬਹਿਣਾ ਉੱਥੇ, ਤੂੰ ਕਹਿਣਾ ਮੈਂ ਉਹਨਾਂ ਦਾ ਨਾਸ਼ਤਾ ਲੈ ਕੇ ਆਇਆ, ਨਾਲ ਥੋੜ੍ਹਾ ਜਿਹਾ ਸ਼ਹਿਦ ਰੱਖ ਲੈਣਾ, ਤੇਰੇ 'ਤੇ ਮੱਖੀਆਂ ਬੈਠੀਆਂ ਹੋਣਗੀਆਂ, ਲੋਕੀ ਕਹਿਣਗੇ ਸੱਚਾ ਅਤੇ ਉਹਦਾ ਹੀ ਨਾਸ਼ਤਾ। ਉਹ ਬਾਈ ਮੇਰੇ ਕੋਲ ਤਾਂ ਦਿਹਾੜੀ ਲਵਾਓ ਯਾਰ, ਮੈਂ ਤਾਂ ਸਵੇਰੇ ਸਵੇਰੇ ਨਹੀਂ ਪਾਈ ਦਿਹਾੜੀ। ਨਹੀਂ ਮੈਂ 5:00 ਮੈਂ ਨਹੀਂ ਉੱਠ ਕੇ ਜਾ ਸਕਦਾ ਕਿਤੇ। ਕਾਕਾ ਤੂੰ ਮਿੰਟ ਲਾ, ਦਿਹਾੜੀ ਕਾਹਲੀ ਲਾ ਰਿਹਾ ਤੂੰ? ਮੈਂ 5:00 ਸਵੇਰੇ ਉੱਠ ਕੇ ਕਿਤੇ ਨਹੀਂ ਜਾਣਾ। ਅੱਛਾ ਤੂੰ ਗੱਲ ਸੁਣਨਾ, ਨਹੀਂ 5:00 ਜਾ ਕੇ ਤੂੰ ਪਤਾ ਕੀ ਕਰਨਾ, ਅਦਾਲਤ ਤੇ ਖੁੱਲਣੀ 8:00 ਤੋਂ ਬਾਅਦ ਹੀ, ਤੂੰ ਐਵੇਂ ਨਾ ਦਰਵਾਜ਼ੇ ਨਾਲ ਟੇਕ ਲਾ ਕੇ ਉੱਥੇ ਨੀਂਦ ਘੰਟਾ ਸੌਂ ਲਈ ਤੂੰ ਉੱਥੇ। ਆਹੋ, ਤੂੰ ਕੋਈ ਚੋਰੀ ਕੋਈ ਦਰਵਾਜ਼ਾ ਖੋਲ ਜਾਂਦਾ ਤੇਰੇ ਤੋਂ ਪਹਿਲੇ ਨਾ ਕੋਈ ਲੈਣ 'ਚ ਲੱਗ ਜਾਏ, ਤੂੰ ਸਭ ਤੋਂ ਅੱਗੇ ਲੱਗਾ ਹੋਵੇ। ਜੱਜ ਸਾਹਿਬ ਆਣ, ਲੰਘਦਿਆਂ ਤੈਨੂੰ ਠੁੱਡਾ ਬਣ, ਉਹ ਤੇਰਾ ਕੀ ਕੇਸ ਹੈ, ਫਟਾਫਟ ਨਾਲ ਅੰਦਰ ਵੜ ਜਾ। ਇਹ ਮਤਲਬ ਇਹ ਕਿ ਮਜ਼ਦੂਰੀ ਦੇ ਨਾਲ ਤੁਸੀਂ ਰਿਹਾਇਸ਼ ਵੀ ਦੇ ਰਹੇ? ਮੈਂ ਸੋਚ ਰਿਹਾ ਕਿ ਅੱਲਾ ਤੇਰਾ ਆਪਣਾ ਘਰ ਬਣਾ ਦੇ, ਜਿਹੜਾ ਤੂੰ ਘਰ ਬਣਾਉਣਾ ਉਹਦੇ ਸਾਹਮਣੇ ਤੇਰਾ ਘਰ ਬਣਿਆ ਹੋਵੇ। ਲੇਕਿਨ ਜਿੱਥੇ ਤੂੰ ਘਰ ਮੈਨੂੰ ਬਣਾ ਕੇ ਦੇ ਰਿਹਾ, ਇੱਥੇ ਤੇ ਘਰ ਵਿਕ ਜਾਂਦੇ, ਉੱਤੇ ਲੱਗ ਜਾਂਦੇ ਆ। ਤੂੰ ਸਿਰਫ ਪੇਪਰ ਲੈ ਕੇ ਜਾਣੇ, ਰੁਪਏ ਆ, ਪੈਸਾ ਸਾਰਾ ਕੁਝ, ਵਕੀਲ ਤੇ ਮੇਰਾ, ਤੂੰ ਸਿਰਫ ਜਾ ਕਹਿਣਾ ਜੀ ਇਹ ਪਲਾਟ ਮੇਰਾ, ਬਸ ਇੰਨਾ ਕਹਿਣਾ। ਤੈਨੂੰ 2-4 ਚੰਡਾਂ ਵੱਜਣ, ਪਤਾ ਕੀ ਹੈ, ਤੈਨੂੰ ਤਾਂ ਫੀਲ ਹੀ ਨਹੀਂ ਹੋਣਾ, ਅੱਲਾ ਨੇ ਐਡਾ ਤਾਂ ਮੂੰਹ ਦਿੱਤਾ। ਸਵੇਰੇ ਤੂੰ ਜਾਣਾ ਉੱਥੇ, ਜਾ ਕੇ ਆਪਣਾ ਕੇਸ ਜਿੱਤਣਾ,
और मैं उम्मीद है तू जित जाना, तू झोलियां चुक चुक दुआवा देनिया मजिस्ट्रेट नू। अच्छा जिदन लगना मेरा मैं उदन ही जित जाना। उस जित जाना उतो तो निकलना 9:30 बजे घंटे केस मुक जाना इंशाला। तू निकलना सीधा तू पठे से चला जाना, उत्थे जाके तू इट का आर्डर देना, उस तो बाद तू आ जाना इट का भी आर्डर जरा एमरजेंसी देना। हाँ फॉरन इट। हाँ मतलब 5-7 उतो भी पैन गए। ये तू पता की है जरा उतो मैं कचहरियों भी पाई इटा तो भी पाइया, यही मेरा ख्याल तेरा टारगेट है। गल पता की है तू पठे से जाना, तू सिर्फ इट खा के दसनी है कि लानी कि नहीं लानी। दो पठे आले हो तो मैं तीन मिनट ही जा पिया ना। उन्हें अपना सैंपल मार दिता, उन्हें अपना मार दिता, उन्हों का पठा चलता रह जाना, मेरा पठा बह जाना, बल्कि मेरा पठा लम्मा पै जाना। नहीं नहीं कुछ नहीं होंदा। उस तो बाद तू सीधा जाना सीमेंट की फैक्ट्री, दुकाना तो नहीं जाना, होलसेल तो नहीं जाना, सीधा फैक्ट्री जाना। नंबर तेन मैं दूँ, बंदा अपना वाकफ हाँ। तू सीमेंट जरा ना थोड़ा जहा पानी भिओ के ना इन्ना जना जो कहवा नहीं करीदा घोल के, तू पी के देखना कहो जहा। टारगेट पूरा हो गया, मेरी बेसमेंट का बेड़ा गर्क हो गया। कुछ नहीं होता इन्ने सीमेंट ना, कुछ नहीं होता इन्ने सीमेंट ना, की होता तू मैं ना बोरी पिला ला ताकि तेरा तो दिल ठंडा हो। फिर उस तो बाद तू जाना रेत फैक्ट्री, उधर ते बह के देखना। बल्कि तू रावी ते जाना, उतों जो ताजे ट्रक भरते हैं, ताजे ट्रक भरते, तू कि साल किनुआ का ट्रक लैन लगा भी ताजे भरते है। गल पता की ताजी रेत वेखण का ना एक तरीका होंगे, लोग अमूमन चुके इस तरह करके छड़ के वेखते हैं। तू ना दो बुक भर के अपने सिर च पानी, रेत ऐ करके थले डुले थले, ते उत्तों किसी नूं कहना मेरे चित्र मार। नहीं यार गल ओए यार तेरा काम कराण दा इरादा ही नहीं है। मेरी गल सुन, इन्हूं ने छेड़ सुत्ता पिया ने सिरे दिहाड़ी लाउणी है, वेलचा तेरा वड्डा मुंडा। अच्छा उत्थों दा तू रेदा आर्डर देना, उस तों बाद आणा तू बजरी वाले पासे, ओह भी खाणी पैणी है। नहीं बजरी तू चुके ना, उन्हें ऐ करके कहना कली के जोटा। अच्छा जोटा हो गया तो फिर जोटा खाणा ए नहीं लैणी, जे ऐ करके कली हो गई तो बजरी लै लेनी है। अजे तक मैं सिर्फ जरा ना परचेजिंग कर रहा हाँ, मकान हजे बनना है। हाँ अजे उ जाना आप उसे तो उस बाद तू चला जाना अपना मार्केट च, उ जाके ना तू सरिया लेना, उस तो बाद सरिया जरा नाल छोटे भरा लेना। हाँ इतने रख के तो उन्होंने आमने सामने देखना भी सरिया मजबूत है। अच्छा तो नहीं देखो गल सुन, गल पता की गल तेरी बहुत वधिया, लेकिन छोटा भरा बेच नहीं पाना, मजदूरी तो कले ने करनी है। अच्छा उधरों कंध ना ला लवान सरिया, विंगा ना हो इधरों निकल जाए तो दिहाड़ी पूरी, तेरा टारगेट हो गया। यार तू कंध का आसान भी क्यों लै रहे, तू सरिया फड़ना जिम्मे मफरल नहीं लाईदा, इतने ला के इंज विंगा कर ला तू। मुड़ उस सरिये थोड़ी जी अगो थोड़ी जी नुक्कर बना के नान ला लवाया जाए, दोपहर में रोटी भी तो खानी ना मजदूर ने कहीं। ऐ तू गल नान बुझ के की इरादा दिहाड़ी लाने का, सबर कर क्यों नहीं हो गया, तेन चार गुना मिलने ने पैसे। उस तो बाद तू चला जाना मेरी जान सीधा टैल आनी दुकान से, उतो लैनिया टैल नाल लैना सैनेटरी का समान, जे पट्ठे तो मैं इट ली है। हाँ उतो टैल नहीं मिलती, ये बेकरी तो लैनी मैं टैल। नहीं यार ये शोरूम बने ने, तू एवं टैल तो टैल शोरूम तो केड़े मतलब BMW की टैल लैनी तू। यार गल सुन तू पता कि सब तो पहले जाना पट्ठे, पट्ठे तो जाना, उस तो बाद तू जाना अपना सीधा सीमेंट, सीमेंट तो बाद तू लैनी रेत, रेत तो बाद तुझे लेना सरिया, यह सारा कुछ लैके ना तू टैल का टैल का टैल वाली दुकान से आ जाना। टैल वाली दुकान उतों आके कहना एक टैल दे, तेरी टैल हो डोली चढ़ जाने वाली है, डोली चढ़ जाने वाली है, ठीक है कि नहीं, तो तू टैल लैनी है, ठीक है कि नहीं। उस तो बाद तू सारा समान लदवा के उन्होंने कहना जी प्लाट से भिजवाओ, लोकेशन तेरे मैं सेंड कर देंगे। उस तो बाद तेरे पिछे समान आ रहे होगा, तू सीधा प्लाट से पहुँच जाना, प्लाट के उत्ते होया कब्जा, ठीक है 12-14 बदमाश उत्थे बैठे, ठीक है तू ना जरा कहना थोड़ा जहा अपना आकड़ मके जाके उन्होंने बड़क बड़क मारनी है, चपेड़ा मारनी उन्होंने मूँह के उत्ते, उठो खाली करो प्लाट तुहाडे पिओ दा, 12 दौड़ जाने मेरे को चंडा खा। हाँ भाई जान तुम किसी ने दसिया भी मैं रजनीकांत का बेटा, कभी देखा भी कि दिहाड़ी लाने ऐ करके हाथ रख के ऐ सिगरट लाया मैं, तुम मैंने कितने देखा भी मैं जुक 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 करके बेलचे देना मिट्टी आओ मारी मिट्टी उड़ रही है तो मैं इंज करके देख रहा। गल सुन तेन 2-4 फायर वाजी भी जाने ना मैं तेन पट्टियां करा दे, उ सारे जिन्हें बदमाश बैठे सारे टीबी हुई है, मेरी सेहत अच्छी है
ਨਹੀਂ ਤੈਨੂੰ ਦੋ ਚਾਰ ਮੈਂ ਉਹਨਾਂ ਦੇ ਉੱਥੇ ਥੁੱਕ ਤੇ ਚੂਨਾ ਪਾਉਂਦਾ ਫਿਰਦਾ ਮੈਂ ਉਹ ਕਿਹੜੇ ਬਦਮਾਸ਼ ਆ ਮੈਨੂੰ ਦੱਸੋ ਤਾਂ ਸਹੀ ਨਾ ਤੂੰ ਚੂਨੇ ਵਾਲਾ ਮੈਂ ਪਹਿਲੇ ਜਾ ਕੇ ਪੈਂਪਰ ਬਦਲਨੇ ਬਦਮਾਸ਼ਾਂ ਦੇ ਏਡੇ ਲਾਗਰ ਬਦਮਾਸ਼ ਅੱਛਾ ਪਾਨ ਖਾਂਦੇ ਨੇ ਤੂੰ ਨਾ ਉਹ ਆਪਣਾ ਚੂਨੇ ਵਾਲਾ ਨਾ ਉਹ ਗਮਲਾ ਲੈ ਜੀ ਉੱਥੇ ਅੱਛਾ ਪਾਨ ਖਾਂਦੇ ਆ ਤੇ ਤੂੰ ਜਾ ਕੇ ਨਾ ਜੌਨ ਐਲੀਏ ਨੇ ਕਬਜ਼ਾ ਕੀਤਾ ਉੱਥੇ ਤੇਰੇ ਤੈਨੂੰ ਇੱਕ ਦੋ ਗੋਲੀਆਂ ਵੱਜ ਵੀ ਜਾਣ ਮੈਂ ਤੈਨੂੰ ਪੱਟੀ ਕਰਾਂ ਵਾਲੀਆਂ ਮਾਰਨਗੇ ਨਾ ਹਾਂ ਉਹ ਤਾਂ ਦਿਖਾ ਰਿਹਾ ਉਹਦੇ ਨਾਲ ਤੈਨੂੰ ਜ਼ਿਆਦਾ ਜ਼ਿਆਦਾ ਕੀੜੀਆਂ ਚੜਨਗੀਆਂ ਹੋਰ ਕੀ ਹੋਏਗਾ ਫਾਇਰਿੰਗ ਕਰਨਗੇ ਤੂੰ ਡਰਨਾ ਨਹੀਂ ਤੂੰ ਬੇਲ ਚਾ ਕੇ ਕਰਕੇ ਗੋਲੀਆਂ ਰੋਕ ਕੇ ਉਹਨਾਂ ਨੂੰ ਖਾਲੀ ਕਰਾ ਦੇਣਾ ਇੰਨਾ ਜੋ ਮੈਨੂੰ ਫਰਾਇਆ ਤੂੰ ਸਿੱਧਾ ਪਲਾਟ 'ਤੇ ਲਿਆ ਗੋਲੀ ਮਰਵਾ ਕੰਮ ਖਤਮ ਕਰ ਪਲਾਟ ਇਨਸ਼ਾਅੱਲਾ ਸਾਡਾ ਹੀ ਨਹੀਂ ਮੈਨੂੰ ਤੇਰੇ ਤੇ ਪੂਰਾ ਯਕੀਨ ਪਲਾਟ ਤੇਰਾ ਹੀ ਹੈ ਮੈਨੂੰ ਤੇਰੇ ਤੇ ਪੂਰਾ ਯਕੀਨ ਪਲਾਟ ਤੇਰਾ ਹੀ ਹੈ ਮੇਰੇ ਤੇ ਬੱਚਿਆਂ ਦੀ ਰੋਟੀ ਮਰ ਗਈ ਨਾ ਨਹੀਂ ਨਹੀਂ ਰੋਟੀ ਬੱਚਿਆਂ ਨੂੰ ਮੈਂ ਦੇ ਕੇ ਆਉਂ ਤੇ ਇਹ ਕੰਮ ਤੂੰ ਕਰ ਤਾਂ ਤੇਰੇ ਬੱਚਿਆਂ ਨੂੰ ਮੈਂ ਦਿੰਦਾ ਰਹੂੰਗਾ ਨਹੀਂ ਤੂੰ ਮਜ਼ਦੂਰ ਆਦਮੀ ਮੈਂ ਤੂੰ ਮਜ਼ਦੂਰ ਆਦਮੀ ਤੇ ਤੇਰੇ ਬੱਚੇ ਕਿਹੜੇ ਡਾਲਰ ਖਾਂਦੇ ਆ ਨਹੀਂ ਅੱਛਾ ਗੱਲ ਸੁਣ ਮੈਂ ਬੰਦੇ ਹੋਰ ਭੇਜ ਦਿਆਂਗਾ ਤੇਰੇ ਨਾਲ ਬਦਮਾਸ਼ ਕਢਵਾ ਦੇ ਤੂੰ ਮੇਰੇ ਜਾਣ ਤੋਂ ਪਹਿਲੇ ਬਦਮਾਸ਼ ਕਢਾ ਚਲੋ ਤੇਰੇ ਜਾਣ ਤੋਂ ਪਹਿਲੇ ਬਦਮਾਸ਼ ਨਿਕਲ ਗਿਆ ਹਾਂ ਮੈਂ ਉੱਥੇ 2 ਦਿਨ ਬਾਅਦ ਜਾਵਾਂਗਾ ਕਿਉਂਕਿ ਤੂੰ ਇੱਕ ਅੱਧਾ ਲੁਕਾਇਆ ਹੋਣਾ ਉੱਥੇ ਬਦਮਾਸ਼ ਜਿਸ ਕਿਸਮ ਦਾ ਤੇਰਾ ਟਾਰਗੇਟ ਆ ਨਾ ਉੱਥੇ ਝਾੜੀਆਂ ਨੇ ਤੇ ਆ ਲੈ ਇਹਦੇ 'ਚੋਂ ਮੈਨੂੰ ਸ਼ੇਰ ਨਿਕਲ ਕੇ ਵੜ ਪੈ ਗਏ ਝਾੜੀਆਂ ਤੂੰ ਜਿਹੜੀਆਂ ਨੇ ਨਾ ਬੇਲਚੇ ਨਾਲ ਕਈ ਨਾ ਸਾਰੀਆਂ ਸਾਫ਼ ਕਰਕੇ ਪਲਾਟ ਨੂੰ ਤੂੰ ਪੱਧਰਾ ਕਰਨਾ ਜਦੋਂ ਤੱਕ ਤੂੰ ਪੱਧਰਾ ਕਰਨਾ ਉਦੋਂ ਤੱਕ ਸਾਰਾ ਸਮਾਨ ਆ ਜਾਣਾ ਆਪਣਾ ਇੱਟਾਂ ਬਜਰੀ ਰੇਤ ਸੀਮਟ ਟੈਲਾਂ ਸਾਰੀਆਂ ਉੱਥੇ ਆ ਜਾਣੀਆਂ ਅੱਛਾ ਇਹ ਤੇਰੀ ਦਿਹਾੜੀ ਜਿਹੜੀ ਨਾ ਇਹ 2025 'ਚ ਖਤਮ ਹੋਣੀ ਹੈ ਤੁਸੀਂ ਕਰ ਦਿਓ ਸਾਡਾ ਰਾਮੀ ਨਹੀਂ ਇਹ ਤਾਂ ਹੈ ਸਾਡਾ ਰਾਮੀ ਦਾ ਬਾਕੀ ਕਰਦੇ ਮੈਂ ਦੁਪਹਿਰ ਤੱਕ ਫਾਰਗ ਹੋ ਜਾਣਾ ਤੇ ਬਾਕੀ ਜਿਹੜੇ 3-4 ਘੰਟੇ ਉਹ ਕੀ ਕਰਨਾ ਇਹ ਜਦੋਂ ਸਾਰਾ ਦਿਨ ਪਿਆ 2:30 ਵਜੇ ਮੈਂ ਵਿਹਲੇ ਹੋ ਜਾਣਾ ਤੇ 3 ਵਜੇ ਤੇਰੇ ਬੱਚੇ ਸਕੂਲੋਂ ਲੈ ਆਉਂਗਾ ਅੱਛਾ ਪਲਾਟ ਹੋ ਗਿਆ ਸਾਫ ਸਾਰਾ ਸਮਾਨ ਆ ਗਿਆ ਉਸ ਤੋਂ ਬਾਅਦ ਨਾ ਤੂੰ ਸਭ ਤੋਂ ਪਹਿਲੇ ਜਾ ਕੀ ਕਰਨਾ ਆਪਣੇ ਸਾਹਮਣੇ ਇੱਕ ਇੱਕ ਇੱਟ ਗਿਣ ਕੇ ਲੁਹਾਣੀ ਭੱਠੇ ਵਾਲੇ ਘਰ ਦੇ ਚੋਰੀਆਂ ਇੱਕ ਇੱਕ 5 ਲੱਖ ਇੱਟ 5 ਲੱਖ ਇੱਟ ਇਹ 24 ਹੈ ਨਾ ਹਾਂ ਆ ਤੇ 25 ਤੱਕ ਮੈਂ ਗਿਣ ਲੈਣੀ ਹੈ ਔਖਾ ਕੰਮ ਇੱਟ ਗਿਣਨ ਦਾ ਯਾਰ ਪਹਿਲੇ ਤੂੰ ਇੰਜ ਇੱਟ ਗਿਣ ਲੈਣੀ ਹੈ ਫਿਰ ਇੰਜ ਗਿਣ ਲੈਣੀ ਹੈ ਉਹਨਾਂ ਨੂੰ ਤੂੰ ਜ਼ਰਬ ਦੇ ਦੇਣੀ ਹੈ ਪਹਿਲੇ ਗਿਣਲੀਆਂ ਨੇ 1 2 3 4 5 6 7 8 9 10 ਦੀ ਲਾਇਨ ਹੈ ਹਾਂ ਠੀਕ ਉਸ ਤੋਂ ਬਾਅਦ ਗਿਣ ਲਈ ਇਸ ਤਰ੍ਹਾਂ 1 2 3 4 10 ਦੀ ਲਾਇਨ ਹੈ ਹੁਣ ਉਹ 10 ਨੂੰ ਤੇ 10 ਨਾਲ ਜ਼ਰਬ ਦੇ ਦੇਣੀ ਤੇ ਪਲਾਟ ਕਿੰਨਾ ਪਲਾਟ ਤੇ ਇੱਕ ਮਰਲੇ ਦਾ ਤੇ 5 ਲੱਖ ਇੱਟ ਉੱਥੇ ਰੱਖ ਕੇ ਵੀ ਤੇਰੇ ਕੋਲ 9 ਮਰਲੇ ਜਗ੍ਹਾ ਬਚ ਜਾਣੀ ਉਸ ਤੋਂ ਬਾਅਦ ਨਾ ਤੂੰ ਮਕਾਨ ਬਣਾਉਣਾ ਸ਼ੁਰੂ ਕਰ ਦੇ ਸ਼ੁਰੂ ਕਰ ਦੇ ਅੱਲਾ ਦਾ ਨਾਮ ਲੈ ਕੇ ਤੂੰ ਨੀਹਾਂ ਖੋਦਣੀਆਂ ਨੇ ਠੀਕ ਹੈ 10 ਮਿੰਟਾਂ ਦਾ ਤੇਰਾ ਕੰਮ ਹੈ ਆਹ 10 ਮਿੰਟਾਂ ਦਾ ਕੰਮ ਹੈ ਇਹ ਤੂੰ ਇਹ ਕਰਕੇ ਸਾਰੀਆਂ ਨੀਹਾਂ ਖੋਦਣੀਆਂ ਨੇ ਮਕਾਨ ਬਣਾਉਣਾ ਸ਼ੁਰੂ ਕਰ ਦੇਣਾ ਮੈਨੂੰ ਸ਼ਾਮ 6 ਵਜੇ ਤੋਂ ਪਹਿਲੇ ਮੇਰਾ ਖਿਆਲ ਹੈ ਕਿ ਮੈਂ ਤੈਨੂੰ ਇੱਥੇ ਨਾਂ ਲਿਖਾਇਆ ਆਪਣੇ ਅੱਬੇ ਦਾ ਉਹ ਮੇਰਾ ਖਿਆਲ ਜਿੰਨ ਲਿਖ ਬੈਠਾ ਤੂੰ ਉਸ ਤੋਂ ਬਾਅਦ ਪਤਾ ਕੀ ਕਰਨਾ ਇਹ ਸਾਰਾ ਮਕਾਨ ਜਿਹੜਾ ਨਾ ਤੇਜ਼ੀ ਨਾਲ ਬਣਾਉਣਾ ਤੇਜ਼ੀ ਨਾਲ ਔਰ ਦਿਲ ਲਾ ਕੇ ਸਕੂਨ ਨਾਲ ਇੱਕ ਇੱਕ ਇੱਟ ਨੂੰ ਫੜ ਕੇ ਜ਼ਰਾ ਦੇਖ ਕੇ ਜੂ ਹੀ ਮੈਂ ਨੀਆਂ ਸ਼ੁਰੂ ਕਰਾਂ ਨਾ ਤੇ ਤੂੰ ਦਰਵਾਜ਼ੇ ਲੈ ਆਉਣੇ ਹਾਂ ਮੈਂ ਘੰਟੇ ਡੇਢ ਬਾਅਦ ਦਰਵਾਜ਼ੇ ਲਾ ਦੇਣੇ ਸਮਝ ਗਿਆ ਬਸ ਤੂੰ ਜ਼ਿਹਨ 'ਚ ਰੱਖ ਜਿਸ ਮੈਂ ਦਰਵਾਜ਼ੇ ਲਾਉਣੇ ਸ਼ੁਰੂ ਕਰਾਂ ਤੇ ਇਹਨਾਂ ਦੇ ਕੁੰਡੀਆਂ ਛੁੰਡੀਆਂ ਇਹ ਜੋ ਤੂੰ ਲਾਕ ਸ਼ਾਕ ਲਵਾਉਣੇ ਉਹ ਲੈ ਆਉਣੇ ਜਿਸ ਵੇਲੇ ਤੂੰ ਲੈ ਕੇ ਆਉਣੇ ਆ ਤੇ ਮੈਂ 3-4 ਦਰਵਾਜ਼ਿਆਂ ਨੂੰ ਪੱਲਿਓਂ ਲਾ ਚੁੱਕੇ ਹੋਣਾ ਉਹ ਮੈਂ ਤੇਰੇ ਕੋਲ ਪੈਸੇ ਲੈ ਲਾਂਗਾ ਨਾ ਉਸ ਤੋਂ ਬਾਅਦ ਮਤਲਬ ਇਹ ਪਹਿਲੇ ਦਰਵਾਜ਼ੇ ਦਾ ਲੈਂਟਰ ਪਾਵਾਂਗੇ ਇਹਦਾ ਬਾਅਦ 'ਚੋਂ ਹਾਂ ਠੀਕ ਹੈ ਨਾ ਲੈਂਟਰ ਸਾਰਾ ਇਕੱਠਾ ਮੈਂ 6:30 ਵਜੇ ਬੱਚੇ ਸ਼ਿਫਟ ਕਰਨੇ ਉੱਤੇ ਬਸ ਇਹ ਦੇਖਣਾ ਕਿ ਜਿੱਦਾਂ ਹੀ ਮੈਂ ਨੀਆਂ ਖੋਦਣੀਆਂ ਸ਼ੁਰੂ ਕਰਾਂ ਹਾਂ ਬੱਚੇ ਲਿਆ ਕੇ ਨਾ ਤੇ ਕੰਧ ਦੇ ਨਾਲ ਖੜੇ ਕਰ ਦੇਣੇ ਬਿਲਕੁਲ ਇਹ ਮੈਂ ਆਖਰੀ ਇੱਟ ਰੱਖਾਂ ਤੇ ਬੱਚੇ ਅੰਦਰ ਨਹੀਂ ਫਿਨਿਸ਼ਿੰਗ ਤੋਂ ਬਾਅਦ ਬਲਕਿ ਇਹ ਹੋਵੇ ਕਿ ਆਖਰੀ ਇੱਟ ਤੇਰੀ ਬੁੱਢੀ ਫੜਾਵੇ ਬੀਬੀਰਾ ਲਾ ਦੇ ਤਖਤੀ ਮੈਂ ਲਿਖ ਕੇ ਜੇਬ 'ਚ ਪਾਈ ਹੋਣੀ ਤੇਰੇ ਨਾਂ ਦੀ ਬਾਹਰ ਜਿਹੜੀ ਲਾਉਣੀ ਨਾ ਉਹ ਮੈਂ ਫੌਰੀ ਤੌਰ ਤੇ ਕੁਛ ਨਾ ਲੱਗਾ ਮੈਂ ਥੁੱਕ ਨਾ ਲਾ ਦੇਣੀ ਉਹ ਖੜੀ ਅਗਰ ਮੈਂ ਫਿਰ ਕਿਸ ਦਿਨ ਆ ਕੇ ਉਹਨੂੰ ਪੱਕੀ ਕਰ ਜਾਊਂਗਾ ਅਜ ਸਮੇਂ ਤੇ ਤੂੰ ਬੱਚੇ ਠੱਕ ਅੰਦਰ ਠੀਕ ਹੈ ਇਹਦੇ ਬਾਅਦ ਵੀ ਮੇਰੇ ਕੋਲ ਅੱਧਾ ਕੁ ਘੰਟਾ ਬਚ ਜਾਣਾ ਤੇਰੇ ਬੱਚਿਆਂ ਨੇ ਅੰਦਰ ਆਉਣਾ ਮੈਂ ਰੋਟੀ ਲੈਣ ਚਲੇ ਜਾਣਾ ਉਹਨਾਂ ਦੀ ਤੁਸੀਂ ਮਿਹਰਬਾਨੀ ਇਹ ਕਰਨੀ ਹੈ ਕਿ ਬੈ ਸ਼ੁਰੂ ਕਰਾਂ ਮਟੀਰੀਅਲ ਨਹੀਂ ਕੱਟਣਾ ਚਾਹੀਦਾ ਯਾਰ ਪਤਾ ਕੀ ਮੇਰੇ ਵੱਲੋਂ ਮਟੀਰੀਅਲ ਨਹੀਂ ਕੱਟੇਗਾ ਮੈਨੂੰ ਤੇਰੀ ਸੁਸਤੀ ਤੋਂ ਡਰ ਲੱਗਦਾ ਸੁਸਤ ਮੈਂ ਹਾਂ ਮੈਂ 5:45 ਵਜੇ ਸਵੇਰੇ ਕਚਹਿਰੀ ਵੀ ਚਲਾ ਗਿਆ ਪੱਠੇ ਤੇ ਵੀ ਚਲਾ ਗਿਆ ਉੱਥੋਂ ਕੇਸ ਵੀ ਮੈਂ ਜਿੱਤ ਚੁੱਕਾ ਉਸ ਤੋਂ ਬਾਅਦ ਪੱਠੇ ਤੇ ਗਿਆ ਜਾ ਕੇ ਸਿਰ 'ਚ ਇੱਟਾਂ ਖਾਧੀਆਂ ਸੀਮਟ ਚੈੱਕ ਕੀਤਾ ਰੇਤ ਚੈੱਕ ਕੀਤੀ ਉੱਥੇ ਜਾ ਕੇ ਮੈਂ ਰਾਵੀ ਤੇ ਜਾ ਕੇ ਸਾਹਮਣੇ ਰੇਤ ਕਢਾਈ ਹੈ ਤਾਜ਼ੀ ਮਾਈ ਬੈਠੀ ਚਾਟੀ ਜੀ ਰੇਤ ਕੱਢਣ ਲਈ ਮੈਂ ਕਿਹਾ ਅੰਮਾ ਥੋੜ੍ਹੀ ਜਿਹੀ ਰੇਤ ਮੈਨੂੰ ਤਾਜ਼ੀ ਚਾਹੀਦੀ ਹੈ ਉਹਨੇ ਇੰਨੀ ਰੇਤ ਨਾ ਮੇਰੇ ਪਰੌਂਠੇ ਦੇ ਉੱਤੇ ਰੱਖ ਦਿੱਤੀ ਹਜੇ ਮੈਂ ਸੁਸਤ ਹਾਂ 6:30 ਮੈਂ ਤੇਰੇ ਬੱਚੇ ਅੰਦਰ ਸ਼ਿਫਟ ਕਰ ਦਿੱਤੇ ਤੈਨੂੰ ਲੰਮਿਆਂ ਪਾ ਕੇ ਬੈੱਡ ਤੇ ਤੈਨੂੰ ਘੁੱਟ ਕੇ ਫਿਰ ਮੈਂ ਰੋਟੀ ਲੈਣ ਗਿਆ ਹਜੇ ਮੈਂ ਸੁਸਤ ਹਾਂ ਅੱਛਾ ਗੱਲ ਸੁਣ ਪਤਾ ਕਿ ਪੱਖੇ 8 ਲਾਣੇ ਮੈਂ ਨਹੀਂ ਪੱਖੇ ਘਟਾ
क्योंकि तेरा रकबा ज्यादा है, वो ना हो मकान उड़ जाए। और जिनी जल्दी तो बच्चे शिफ्ट किए हैं ना, तीन पखे मसीत नू डोनेट कर दे। आई समझ? और तेन ये नहीं पता कि मेरे को टाइम बच गया सी तकरीबन 5 मिनट, वो मैं तेरे घर साइकिल चला दिना। काम बड़ा पिया। अच्छा ये अच्छा तो बाहर डोर बेल लानी है। बेल दी तेन लोड पैनी नहीं। हाँ जी। नेम प्लेट मैं तेरी बनाई है। हाँ। वो लिखाया आखरी आराम का। वो ना किसी ने टी करना ना तेरी अख खुलनी है। ये भाई जान तुसी बिल्कुल फिक्र नहीं करना। हाँ। उत्थे वो तख्ती ला के। हाँ। उत्ते हल्के हल्के इंज करके फुल पा के आए नवा घर खुशियां दे नाल। मैं परली साइड देते एक इंज करके अगरबत्ती लाउनी है ताकि महला सारा मुअत्तर हो जाए। एक टहनी लानी है निशानी वास्ते। मैं जिसले फिर तेरे मकान की रेनोवेश वास्ते आना ना, उसले वो एडा होया होना। उस तो बाद पानी तरौक के थोड़ी जी दाल मसरा दी नाल चौल मिक्स करके उत्ते पा के 72 कदम ते खड़े होके मैं दुआ करनी, या अल्लाह इन्हें इत्थे रहना नसीब करी।